ਬਰਾਬਰ ਰਹੇ ਪਰ ਕੰਡਕਟਰ ਦੀ ਲੰਬਾਈ ਵੱਧ ਜਾਵੇ ਤਾਂ ਵੀ ਰਜਿਸਟੈਂਸ ਵੱਧ ਜਾਂਦੀ ਹੈ। ਕਿਸੇ ਕੰਡਕਟਰ ਦੀ ਰਜਿਸਟੈਂਸ ਨੂੰ ਇਸ ਸਰਕਟ ਦੇ ਨਾਲ ਵੀ ਦੇਖਿਆ ਜਾ ਸਕਦਾ ਹੈ। ਇਸ ਵਿੱਚ ਇੱਕ ਬੈਟਰੀ ਹੈ, ਇੱਕ ਬਲਬ ਹੋਲਡਰ ਹੈ, ਇੱਕ ਟਾਰਚ ਦਾ ਬਲਬ ਹੈ ਅਤੇ ਇਹਨਾਂ ਕਲਿੱਪਾਂ ਦੇ ਨਾਲ ਇੱਕ ਸਰਕਟ ਪੂਰਾ ਕੀਤਾ ਗਿਆ ਹੈ। ਜੇ ਅਸੀਂ ਦੇਖੀਏ ਤਾਂ ਇਹ ਬਲਬ ਜਾਗ ਰਿਹਾ। ਹੁਣ ਅਸੀਂ ਇਹਨਾਂ ਤਿੰਨਾਂ ਤਾਰਾਂ ਦੇ ਨਾਲ ਸਰਕਟ ਪੂਰਾ ਕਰਕੇ ਦੇਖਾਂਗੇ। ਇਹ ਦੂਸਰੀ ਤਾਰ ਹੈ, ਉਸੇ ਤਰ੍ਹਾਂ ਇਹ ਤੀਸਰੀ ਤਾਰ ਹੈ। ਤੁਸੀਂ ਦੇਖਿਆ ਕਿ ਸਭ ਤੋਂ ਵੱਧ ਬਲਬ ਇਸ ਪਹਿਲੀ ਤਾਰ ਦੇ ਨਾਲ ਜਗਦਾ ਹੈ ਕਿਉਂਕਿ ਇਸ ਦੀ ਮੋਟਾਈ ਵੱਧ ਹੈ। ਇਸ ਦਾ ਮਤਲਬ ਹੈ ਇਸ ਦੀ ਰਜਿਸਟੈਂਸ ਘੱਟ ਹੈ। ਦੂਸਰੀ ਦੇ ਨਾਲ ਥੋੜ੍ਹਾ ਜਿਹਾ ਘੱਟ ਜਗਦਾ ਹੈ ਕਿਉਂਕਿ ਇਸ ਦੀ ਲੰਬਾਈ ਵੱਧ ਹੈ। ਪਰ ਤੀਸਰੀ ਦੇ ਨਾਲ ਬਲਬ ਬਹੁਤ ਘੱਟ ਜਗਦਾ ਹੈ ਕਿਉਂਕਿ ਇਸ ਦੀ ਮੋਟਾਈ ਬਹੁਤ ਘੱਟ ਹੈ ਅਤੇ ਰਜਿਸਟੈਂਸ ਇਸ ਤੀਸਰੀ ਤਾਰ ਦੀ ਬਹੁਤ ਵੱਧ ਹੈ। ਇਸ ਤੋਂ ਵੀ ਪਤਾ ਲੱਗਦਾ ਹੈ ਕਿ ਮੋਟਾਈ ਵਧਣ ਦੇ ਨਾਲ ਰਜਿਸਟੈਂਸ ਘੱਟ ਹੁੰਦੀ ਹੈ ਅਤੇ ਲੰਬਾਈ ਵਧਣ ਦੇ ਨਾਲ ਰਜਿਸਟੈਂਸ ਵੱਧ ਜਾਂਦੀ ਹੈ। ਜੇ ਅਸੀਂ ਬਲਬ ਦੇ ਪ੍ਰਕਾਸ਼ ਦੀ ਤੁਲਨਾ ਪਹਿਲੀ ਤਾਰ ਨੂੰ ਆਧਾਰ ਮੰਨ ਕੇ ਕਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪਹਿਲੀ ਤਾਰ ਦੇ ਵਿੱਚ ਬਲਬ ਵੱਧ ਪ੍ਰਕਾਸ਼ ਦਿੰਦਾ ਹੈ ਕਿਉਂਕਿ ਇਸ ਦੀ ਰਜਿਸਟੈਂਸ ਬਹੁਤ ਘੱਟ ਹੈ। ਦੂਸਰੀ ਤਾਰ ਦੇ ਵਿੱਚੋਂ ਕਿਉਂਕਿ ਇਸ ਦੀ ਲੰਬਾਈ ਵੱਧ ਹੈ ਅਤੇ ਰਜਿਸਟੈਂਸ ਵੱਧ ਹੋਣ ਦੇ ਕਾਰਨ ਇਹ ਬਲਬ ਘੱਟ ਪ੍ਰਕਾਸ਼ ਦਿੰਦਾ ਹੈ। ਪਰ ਤੀਸਰੀ ਤਾਰ ਜੋ ਕਿ ਪਹਿਲੀ ਤਾਰ ਦੇ ਨਾਲ ਲੰਬਾਈ ਦੇ ਵਿੱਚ ਬਰਾਬਰ ਹੈ ਪਰ ਪਹਿਲੀ ਤਾਰ ਨਾਲੋਂ ਪਤਲੀ ਹੈ, ਇਸ ਦੀ ਰਜਿਸਟੈਂਸ ਬਹੁਤ ਜ਼ਿਆਦਾ ਹੈ ਅਤੇ ਇਹ ਬਲਬ ਬਹੁਤ ਘੱਟ ਪ੍ਰਕਾਸ਼ ਦਿੰਦਾ ਹੈ। ਇਸ ਪ੍ਰਯੋਗ ਤੋਂ ਪਤਾ ਲੱਗਦਾ ਹੈ ਕਿ ਕਿਸੇ ਚਾਲਕ ਦੀ ਪ੍ਰਤੀਰੋਧਕਤਾ ਜਾਂ ਰਜਿਸਟੈਂਸ ਉਸਦੀ ਲੰਬਾਈ ਅਤੇ ਮੋਟਾਈ ਦੋਨਾਂ ਦੇ ਉੱਤੇ ਨਿਰਭਰ ਕਰਦੀ ਹੈ।